ਉੱਚੀ ਵਸੀ ਨੇੜੇ ਐਕਸੀਡੈਂਟ ਹੋ ਗਿਆ। ਬੰਦਾ ਚਾਹੁੰਦਾ ਵਾ ਇਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹੈ ਅਤੇ ਦੂਜੇ ਬੰਦੇ ਉਹ ਇੱਕ ਉਹ ਕਾਰ ਨਾਲ ਟਕਰਾ ਗਿਆ ਜੀ। ਇੱਥੇ ਉਹ ਜਿਹੜੀ ਕਾਰ ਨਾਲ ਟਕਰਾਇਆ ਵਾ ਉਹ ਕਾਰ ਮਿੰਟੋ ਮਿੰਟ ਹੀ ਜਲ ਕੇ ਰਾਖ ਹੋ ਗਈ। ਇਹ ਕਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਸਮਝ ਨਹੀਂ ਆਈ। ਟਰੱਕ ਬਹੁਤ ਦੂਰੀ ਜਾ ਕੇ ਡਿੱਗਿਆ ਉਹ ਵੀ ਨੀਵਾਂ। ਦਸੂਹਾ ਦੇ ਨੇੜੇ ਭਿਆਨਕ ਸੜਕੀ ਹਾਦਸਾ ਹੋਇਆ। ਇਸ ਹਾਦਸੇ ਦੇ ਵਿੱਚ 4 ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। 2 ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਕੈਂਟਰ ਦਾ ਡਰਾਈਵਰ ਵੀ ਹੈ। ਦੱਸ ਦਈਏ ਕਿ ਕਾਰ ਅਤੇ 10 ਟਾਇਰੀ ਟਰਾਲੇ ਦੇ ਵਿਚਕਾਰ ਭਿਆਨਕ ਸੜਕੀ ਹਾਦਸਾ ਹੋਇਆ। 4 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਦਸੂਹਾ ਦੇ ਐਮਾ ਮਾਂਗਟ ਅਤੇ ਉੱਚੀ ਬਸੀ ਵਿਚਕਾਰ ਹੋਇਆ। ਇਸ ਮੌਕੇ 10 ਟਾਇਰੀ ਟਰਾਲੇ ਦਾ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੇ ਮੌਕੇ ਕਾਰ ਨੂੰ ਭਿਆਨਕ ਅੱਗ ਲੱਗੀ। ਹਾਦਸੇ ਦੇ ਵਿੱਚ ਸ਼ਾਮਲ ਕੈਂਟਰ ਦਾ ਚਾਲਕ ਵੀ ਜ਼ਖਮੀ ਹੋਇਆ, ਜਿਨ੍ਹਾਂ ਨੂੰ ਲੋਕਾਂ ਨੇ ਬੜੀ ਹੀ ਮੁਸ਼ਕਤ ਬਾਅਦ ਬਾਹਰ ਕੱਢਿਆ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਔਰ ਸੜ ਕੇ ਸਵਾਹ ਹੋ ਗਈ। 4 ਨੌਜਵਾਨਾਂ ਦੀ ਥਾਈਂ ਮੌਤ ਹੋ ਗਈ, ਜਦਕਿ ਇੱਕ ਬਚ ਗਿਆ ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਇਸ ਹਾਦਸੇ ਨੂੰ ਆਲੇ ਦੁਆਲੇ ਖੜ੍ਹੇ ਲੋਕਾਂ ਨੇ ਦੇਖਿਆ, ਮੌਕੇ 'ਤੇ ਪਹੁੰਚੇ ਔਰ ਇਹਨਾਂ ਵਾਹਨਾਂ ਦੇ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ। ਦੱਸ ਦਈਏ ਕਿ ਕੈਂਟਰ ਦਾ ਡਰਾਈਵਰ ਵੀ ਗੰਭੀਰ ਜ਼ਖਮੀ ਹੈ, ਸਿਰ ਦੇ ਉੱਪਰ ਸੱਟ ਵੱਜੀ ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇੱਕ ਕਾਰ ਦੇ ਵਿੱਚ 5 ਨੌਜਵਾਨ ਸਵਾਰ ਸਨ, 4 ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਮੈਂ ਇੱਦਾਂ ਭਾਅ ਜੀ, ਮੈਂ ਮਕੇਰੀਆਂ ਸਾਈਡ ਤੋਂ ਆ ਰਿਹਾ ਸੀ ਹੁਣੇ। ਆਪਾਂ ਜਿੱਦਾਂ ਹੀ ਇੱਥੇ ਉੱਚੀ ਬਸੀ MA ਦੇ ਵਿਚਕਾਰ ਪਹੁੰਚੇ, ਇੱਥੇ ਦੇਖਿਆ ਇੱਕ ਗੱਡੀ ਦੇ ਅੱਗ ਦੀਆਂ ਲਾਟਾਂ ਨਿਕਲਣੀਆਂ ਸ਼ੁਰੂ ਹੋਈਆਂ ਸੀ। ਸ਼ਾਇਦ ਸਾਡੇ ਤੋਂ 1-2 ਮਿੰਟ ਪਹਿਲੇ ਐਕਸੀਡੈਂਟ ਹੋਇਆ ਸੀ ਅਤੇ ਇਹਦੇ 'ਚ 4 ਬੰਦੇ ਕੱਢ ਕੇ ਬਾਹਰ ਸਾਈਡ 'ਤੇ ਰੱਖੇ ਸੀ, ਉਹਨਾਂ 'ਚ 2 ਅਸੀਂ ਦੇਖਿਆ ਡੈੱਡ ਸੀਗੇ। ਉਸੇ ਵੇਲੇ ਅਸੀਂ ਦਸੂਹਾ ਪੁਲਿਸ ਸਟੇਸ਼ਨ ਫੋਨ ਲਾਇਆ। ਇਹ ਬੰਦੇ ਸਾਰੇ ਰਾਹਗੀਰ ਦੂਰ ਦੇ ਸੀ, ਆਪਾਂ ਲੋਕਲ ਹੋਣ ਦੇ ਨਾਂ 'ਤੇ ਫੋਨ ਲਾਇਆ। ਇਹਨਾਂ ਲਈ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ, ਐਂਬੂਲੈਂਸ ਪਹੁੰਚ ਗਈ। ਇੱਕ ਬੰਦੇ ਦੀ ਹਾਲਤ ਥੋੜ੍ਹੀ ਠੀਕ ਹੈ, ਉਹਨੂੰ ਤਾਂ ਅਸੀਂ ਰਿਕਵਰ ਕਰਕੇ ਭੇਜਤਾ। 4 ਬੰਦੇ ਸਾਡੇ ਦੇਖਦੇ ਡੈੱਡ ਹੋ ਗਏ। ਉਸ ਤੋਂ ਬਾਅਦ ਇੱਕ ਟਰੱਕ ਇੱਥੋਂ ਕੋਈ 1.5 ਕਿਲੋਮੀਟਰ ਦੂਰ ਜਾ ਕੇ ਰੋਡ ਤੋਂ ਥੱਲੇ ਡਿੱਗਿਆ। ਜਦੋਂ ਉਹਨੂੰ ਅਸੀਂ ਜਾ ਕੇ ਦੇਖਿਆ, ਉਹਦੇ 'ਚ ਇੱਕ ਬੰਦਾ ਫਸਿਆ ਸੀ ਜੋ ਕਿ ਠੀਕ ਹਾਲਤ 'ਚ ਸੀ ਪਰ ਜ਼ਖਮੀ ਸੀਗਾ। ਫਿਰ ਉਹਨੂੰ ਅਸੀਂ ਮੁੰਡਿਆਂ ਦੀ ਕੋਸ਼ਿਸ਼ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਕੱਢ ਕੇ, ਅਤੇ ਉਸ ਨੂੰ ਆਪਾਂ ਐਂਬੂਲੈਂਸ ਪਾ ਕੇ ਭੇਜਿਆ। ਉਹਦੀ ਹਾਲਤ ਕੁਝ ਠੀਕ ਹੈ ਪਰ ਸੱਟ ਉਹਦੇ ਵੀ ਜ਼ਿਆਦਾ ਲੱਗੀ ਹੈ। ਇਹਨਾਂ 'ਚੋਂ ਮੈਨੂੰ ਲੱਗਦਾ ਵੀ 4 ਬੰਦੇ ਮੌਕੇ 'ਤੇ ਡੈੱਡ ਹੋ ਗਏ ਆ, ਅਤੇ ਇਹਨਾਂ ਦੀ ਹੈਲਪ ਲਈ ਫਿਰ ਆਪਾਂ ਆਪਣੀ ਗੱਡੀ 'ਚ ਡੈੱਡ ਬੋਡੀ ਵੱਲ ਜਾ ਕੇ ਪੁਲਿਸ ਪ੍ਰਸ਼ਾਸਨ ਨਾਲ ਸਿਵਲ ਹੋਸਪਿਟਲ ਜਾ ਰਹੇ ਮੋਚਰੀ 'ਚ। ਹਾਦਸੇ ਦੀ ਕੋਈ ਸਮਝ ਨਹੀਂ ਆਉਂਦੀ ਜੀ। ਟਰੱਕ ਕਿਸੇ ਹੋਰ ਡਾਇਰੈਕਸ਼ਨ 'ਚ ਪਿਆ, ਗੱਡੀ ਕਿਸੇ ਹੋਰ ਡਾਇਰੈਕਸ਼ਨ 'ਚ ਹੈ, ਅਤੇ ਗੱਡੀ ਸ਼ਾਇਦ CNG ਹੈ, ਨਾਲ ਹੀ ਬਲਾਸਟ ਹੋ ਗਈ। ਇਹ ਨਹੀਂ ਪਤਾ ਹੁਣ ਬੰਦੇ ਬਲਾਸਟ ਹੋਣ ਕਰਕੇ ਬਾਹਰ ਡਿੱਗੇ ਆ ਕੇ ਜਾਂ ਨਿਕਲ ਗਏ ਸੀਗੇ ਅਤੇ ਨਾਲ ਹੀ ਬੰਦੇ ਖਤਮ ਹੀ ਸੀਗੇ ਲਗਭਗ ਜੀ। ਇਹ ਅੱਜ ਪਿੰਡ ਲਮੀਨ ਦੇ ਵਿਖੇ ਆਪਣੇ ਕੋਲ ਇੱਕ 10 ਟਾਇਰੀ, ਆਪਣੇ ਕੋਲ ਟਰੱਕ ਅਤੇ ਇੱਕ ਗੱਡੀ, ਉਹਨਾਂ ਦੇ ਦਰਮਿਆਨ ਆਪਸ ਵਿੱਚ ਐਕਸੀਡੈਂਟ ਹੋਇਆ। ਜਿਸ ਐਕਸੀਡੈਂਟ ਦੇ ਵਿੱਚ ਗੱਡੀ ਦੇ ਵਿੱਚ ਕੁੱਲ 5 ਨੌਜਵਾਨ ਸੀ, 4 ਦੀ ਔਨ ਦੀ ਸਪੋਟ ਮੌਕੇ 'ਤੇ ਡੈੱਥ ਹੋ ਗਈ ਹੈ। ਇੱਕ ਇੰਜਰਡ ਆ, ਉਹ ਜਿਹੜਾ ਸਿਵਲ ਹਸਪਤਾਲ ਅਸੀਂ ਲੈ ਕੇ ਆ ਗਏ ਹਾਂ, ਅਤੇ ਬਾਕੀ ਟਰੱਕ ਵਾਲਾ ਵੀ ਮੁੰਡਾ ਜਿਹੜਾ ਹੈਗਾ ਪੱਕੇ ਅਸੀਂ ਪੂਰੀ ਪ੍ਰੋਪਰ ਉਹਦੀ ਵੈਰੀਫਾਈ ਕਰ ਰਹੇ ਹੈਗੇ ਕਿੱਦਾਂ ਐਕਸੀਡੈਂਟ ਹੋਇਆ ਹੈਗਾ। ਫਰਦਰ ਜੋ ਵੀ ਹੈਗੀ ਇਨਵੈਸਟੀਗੇਸ਼ਨ ਦੌਰਾਨ ਜੋ ਗੱਲ ਆਊਗੀ ਉਹਦੇ ਅਕੋਰਡਿੰਗ ਅਸੀਂ ਕਰ ਵੀ ਕਰ। ਸਰ, ਇੱਕ ਟਰੱਕ ਡਰਾਈਵਰ ਐਕਸੀਡੈਂਟ ਦੇ ਨਾਲ ਆਇਆ ਹੈਗਾ, ਉਹਦੀ ਕਾਫੀ ਸੀਰੀਅਸ ਇੰਜਰੀ ਆ, ਸਿਰ ਦੇ ਉੱਪਰ ਸੱਟ ਲੱਗੀ ਹੋਈ ਹੈ। ਉਹਦਾ ਕਾਫੀ ਸੀਰੀਅਸਨੈਸ ਨੂੰ ਦੇਖਦੇ ਹੋਏ ਆਪਾਂ ਉਹਨਾਂ ਦਾ ਪਹਿਲਾ ਇਲਾਜ ਜਿਹੜਾ ਮੁੱਢਲੀ ਇਲਾਜ ਹੁੰਦਾ ਉਹ ਆਪਾਂ ਉਹਨਾਂ ਨੂੰ ਦੇ ਦਿੱਤਾ ਇੱਥੇ। ਉਹਨਾਂ ਨੂੰ ਆਪਾਂ ਸਰਕਾਰੀ ਹਸਪਤਾਲ ਅੰਮ੍ਰਿਤਸਰ
ਰੈਫਰ ਕਰਨ ਲੱਗੇ ਹਾਂ, ਫਿਰ ਉੱਥੇ ਜਾ ਕੇ ਉਹਨਾਂ ਦਾ ਬਾਕੀ ਦਾ ਇਲਾਜ ਉੱਥੇ ਹੋਏਗਾ।